ਸਾਡੇ ਘਰ ਦੇ ਅੰਦਰ ਸੱਪ ਹੈ, ਸੱਪ ਕੱਲਾ ਅੰਦਰ, ਅਸੀਂ ਸਾਰਾ ਟੱਬਰ ਬਾਹਰ ਹੈ, ਸੱਪ ਅੰਦਰ ਫਨ ਖਿਲਾਰ ਕੇ ਫਨ ਕਰ ਰਿਹਾ। ਮੈਂ ਕਿਹਾ ਮੰਮੀ ਸੱਪ ਲੱਭ ਗਿਆ, ਮੈਨੂੰ ਡਾਂਗ ਦਿਓ। ਕਹਿੰਦੇ ਨਹੀਂ ਨਹੀਂ ਮਾਰਨਾ ਨਹੀਂ ਹੈ। ਤਾਂ ਮੈਂ ਕਿਹਾ ਇਹ ਗੱਲ ਉਹਨੂੰ ਵੀ ਕਹਿ ਕੇ ਆਓ ਨਾ ਜਾ ਕੇ। ਮੈਂ ਕਿਹਾ ਯਾਰ ਸੇਫਟੀ ਲਈ ਕੁਛ ਦੇ ਦਿਓ। ਮੇਰੀ ਮੰਮੀ ਨੇ ਮੈਨੂੰ ਹੈਲਮਟ ਦੇ ਦਿੱਤਾ। ਮੈਂ ਕਿਹਾ ਸੱਪ ਆਇਆ, ਬਰੂਸਲੀ ਦਾ ਸਾਲਾ ਨਹੀਂ ਆਇਆ। ਮੈਂ ਡੈਡੀ ਨੂੰ ਕਿਹਾ, ਮੈਂ ਕਿਹਾ ਡੈਡੀ ਜਲਦੀ ਡੱਬਾ ਲੈ ਕੇ ਆਓ। ਡੈਡੀ ਕਾਜੂ ਕਤਰੀ ਬਰਫੀ ਦਾ ਡੱਬਾ ਲੈ ਕੇ ਆਇਆ। ਮੇਰੇ ਭਤੀਜੇ ਨੇ ਕਿਹਾ ਬੀਨ ਬਚਾਓ। ਹੁਣ ਸਟੋਰ ਰੂਮ ਦੇ ਬਾਹਰ ਮੈਂ, ਮੇਰੀ ਮੰਮੀ, ਮੇਰੇ ਡੈਡੀ, ਮੇਰੇ ਦਾਦਾ ਜੀ ਬੀਨ ਵਜਾ ਰਹੇ। ਸਾਡੀ ਠੀਕ ਵੱਜ ਰਹੀ, ਮੇਰੇ ਦਾਦਾ ਜੀ ਨੂੰ ਅਸਥਮਾ ਹੈ, ਉਹਨਾਂ ਦੀ ਬੀਨ ਵੱਜ ਰਹੀ। ਇੱਦਾਂ ਲੱਗਦਾ ਗਰੀਬਾਂ ਦਾ ਬੈਂਡ ਆਇਆ, ਤਿੰਨ ਗਿਟਾਰਿਸਟ ਇੱਕ ਡਰਮਰ ਵੀ ਪਾਇਆ ਆਪਾਂ। ਅਸੀਂ 5 ਮਿੰਟ ਬੀਨ ਵਜਾਈ ਆ, ਸੱਪ ਨਹੀਂ ਨਿਕਲਿਆ, ਸੱਪ ਦਾ ਹਾਸਾ ਬੜਾ ਨਿਕਲਿਆ।